ਹਾਂਜੀ ਦੋਸਤੋ, ਜੇਕਰ ਆਪਾਂ ਗੱਲ ਕਰੀਏ 11-21 ਬਾਸਮਤੀ ਦੇ ਰੇਟਾਂ ਦੀ, ਤਾਂ ਕਈ ਮੰਡੀਆਂ ਵਿੱਚ ਇਸ ਦੀ ਖਰੀਦ 'ਤੇ ਆੜ੍ਹਤੀਆਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਦੱਬਿਓ। ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 11-21 ਬਾਸਮਤੀ ਦੇ ਰੇਟਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਜਾਰੀ ਹੈ, ਜਿਹੜੀ ਕਿ ਤਕਰੀਬਨ 700-800 ਤੋਂ ਲੈ ਕੇ 1000 ਰੁਪਈਏ ਤੱਕ ਇਸ ਵਿੱਚ ਪਿਛਲੇ 10 ਦਿਨਾਂ ਵਿੱਚ ਇਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਪਹਿਲੋਂ ਰੇਟ 3200 ਤੋਂ ਲੈ ਕੇ 3400 ਤੱਕ ਚੱਲਦਾ ਸੀ, ਉਹ ਹੁਣ ਤਕਰੀਬਨ 2200 ਤੋਂ ਲੈ ਕੇ ਵੱਧ ਤੋਂ ਵੱਧ 2800 ਦੇ ਵਿਚਕਾਰ ਤਕਰੀਬਨ ਇੱਥੇ ਕੁ ਤੱਕ ਚੱਲ ਰਿਹਾ ਹੈ, ਜੋ ਕਿ ਢੇਰੀ 'ਤੇ ਨਿਰਭਰ ਕਰਦਾ ਹੈ। ਵੱਧ ਤੋਂ ਵੱਧ ਤਕਰੀਬਨ ਜੋ ਕੱਲ੍ਹ ਰੇਟ ਲੱਗਾ ਹੈ 2800 ਰੁਪਈਆ ਲੱਗਾ ਹੈ, ਨਹੀਂ ਤਾਂ ਆਮ ਰੇਟ 2200 ਤੋਂ ਲੈ ਕੇ 2500 ਦੇ ਵਿਚਕਾਰ ਹੀ ਚੱਲ ਰਿਹਾ ਹੈ। ਇਸ ਵਿੱਚ ਇਹ ਵੀ ਖਬਰ ਸੁਣਨ ਨੂੰ ਆ ਰਹੀ ਹੈ ਕਿ ਕਈ ਮੰਡੀਆਂ ਜਿਵੇਂ ਕਿ ਫਤਿਹਗੜ੍ਹ ਚੂੜੀਆਂ ਸਾਹਿਬ ਅਤੇ ਜਾਂ ਫਤਿਹਗੜ੍ਹ ਸਾਹਿਬ ਏਰੀਆ ਜਾਂ ਖੰਨੇ ਏਰੀਆ ਵੱਲ ਕਈ ਆੜ੍ਹਤੀਆਂ ਨੇ 11-21 ਬਾਸਮਤੀ ਵਿੱਚ ਮੰਡੀਆਂ ਦੀ ਬੋਲੀ ਉੱਤੇ ਰੋਕ ਲਗਵਾ ਦਿੱਤੀ, ਕਿਉਂਕਿ ਆੜ੍ਹਤੀਏ ਵੀ ਇਸ ਗੱਲ ਤੋਂ ਨਾਰਾਜ਼ ਹਨ ਅਤੇ ਕਿਸਾਨ ਵੀ ਨਾਰਾਜ਼ ਹਨ, ਕਿਉਂਕਿ ਉਹਨਾਂ ਨੂੰ ਫਸਲ ਦੀ ਪੂਰੀ ਮੁੱਲ ਨਹੀਂ ਮਿਲ ਰਿਹਾ, ਜਿਸ ਕਰਕੇ ਇਹਨਾਂ ਨੇ 11-21 ਬਾਸਮਤੀ ਦੀ ਖਰੀਦ 'ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਉਹ ਮੰਡੀਆਂ ਵਿੱਚ ਨਹੀਂ ਬੋਲੀ ਕਰਵਾਈ ਜਾਵੇਗੀ, ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੁਣ ਰੇਟ ਵਧਣਗੇ। ਜਿਹੜੇ ਕਹਿ ਰਹੇ ਹਨ ਕਿ ਇਰਾਨ ਨਾਲ ਆਪਣਾ ਸਮਝੌਤਾ ਟੁੱਟ ਗਿਆ ਹੈ, ਜਿਵੇਂ ਕੱਲ੍ਹ ਮੈਂ ਇੱਕ ਅਖਬਾਰ ਵਿੱਚ ਪੜ੍ਹ ਰਿਹਾ ਸੀਗਾ ਕਿ ਜਿਹੜਾ ਇਰਾਨ ਦੇ ਨਾਲ ਸਮਝੌਤਾ ਹੁੰਦਾ ਹੈ, ਉਹ ਹੁਣ ਉਸ ਦੀ ਮਿਆਦ ਪਿਛਲੇ ਸਮਝੌਤੇ ਦੀ ਪੂਰੀ ਹੋ ਚੁੱਕੀ ਆ, ਜੋ ਕਿ ਨਵਾਂ ਸਮਝੌਤਾ ਜਿਹੜਾ ਹੁੰਦਾ ਹੈ ਕਿ 15 ਨਵੰਬਰ ਤੋਂ ਬਾਅਦ ਹੀ ਨਵਾਂ ਸਮਝੌਤਾ ਹੁੰਦਾ ਹੈ, ਜੋ ਕਿ ਹਰੇਕ ਸਾਲ ਹੁੰਦਾ ਹੈ, ਜੋ ਕਿ ਹੁਣ ਆਪਾਂ ਸਭ ਨੂੰ ਇੱਕ ਬੇਨਤੀ ਹੈ ਕਿ 15 ਨਵੰਬਰ ਤੱਕ ਜ਼ਰੂਰ ਵੇਟ ਕਰਨੀ ਚਾਹੀਦੀ ਹੈ, ਸ਼ਾਇਦ ਕੋਈ ਆਪਾਂ ਨੂੰ ਚੰਗੀ ਖਬਰ ਮਿਲ ਸਕੇ ਕਿ ਇਰਾਕ ਜਾਂ ਇਰਾਨ ਨੂੰ ਜਿਹੜੀ ਆਪਣੀ ਬਾਸਮਤੀ ਜਾਂਦੀ ਹੈ ਸਮਝੌਤਾ ਹੋ ਜਾਵੇ ਅਤੇ ਵੱਡੀ ਪੱਧਰ 'ਤੇ ਜਾਵੇ ਅਤੇ ਰੇਟਾਂ ਵਿੱਚ ਕੁਝ ਕੁ ਤੇਜ਼ੀ ਆਵੇ, ਕਿਉਂਕਿ ਜੇਕਰ ਆਪਾਂ ਹੁਣ ਉਸ ਨੂੰ ਵੇਚਦੇ ਹਾਂ ਤਕਰੀਬਨ ਰੇਟ 2200 ਤੋਂ ਲੈ ਕੇ ਮੈਂ ਤੁਹਾਨੂੰ ਦੱਸਿਆ 2500 ਦੇ ਵਿਚਕਾਰ ਜ਼ਿਆਦਾਤਰ ਚੱਲ ਰਿਹਾ ਹੈ, ਜੇਕਰ 15 ਨਵੰਬਰ ਤੋਂ ਬਾਅਦ ਦੁਬਾਰਾ ਫਿਰ ਸਮਝੌਤਾ ਹੁੰਦਾ ਹੈ ਅਤੇ ਇਸਦੇ ਰੇਟਾਂ ਵਿੱਚ ਸ਼ਾਇਦ ਕੁਝ ਕੁ ਪਹਿਲੇ ਨਾਲੋਂ ਤੇਜ਼ੀ ਮਹਿਸੂਸ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜਾ ਕੱਲ੍ਹ ਇੱਕ ਅਖਬਾਰ ਨੇ ਵੀ ਇਸ 'ਤੇ ਖਬਰ ਛਾਪੀ ਸੀਗੀ ਕਿ ਜਿਹੜਾ ਇਰਾਨ ਨਾਲ ਸਮਝੌਤਾ ਹੁੰਦਾ ਹੈ ਉਹ ਆਪਣਾ 15 ਨਵੰਬਰ ਤੋਂ ਬਾਅਦ ਹੁੰਦਾ ਹੈ, ਜੋ ਕਿ ਪਿਛਲਾ ਸਮਝੌਤੇ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਹੁਣ ਨਵਾਂ ਸਮਝੌਤਾ 15 ਨਵੰਬਰ ਨੂੰ ਹੋਵੇਗਾ। ਸੋ ਆਉਣ ਵਾਲੇ 15 ਨਵੰਬਰ ਤੱਕ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਵਪਾਰੀਆਂ ਵੱਲੋਂ ਆਪਣੇ ਕੋਲੋਂ ਖਰੀਦ ਕੇ ਬਾਸਮਤੀ ਰੱਖ ਲਈ ਜਾਂਦੇ ਆ, ਕਿਉਂਕਿ ਉਹ ਸਮਝੌਤੇ ਦੇ ਅਨੁਸਾਰ ਉਹ ਉਹਨਾਂ ਨੂੰ ਵੱਧ ਰੇਟ 'ਤੇ ਵੇਚਦੇ ਹਨ, ਕਿਉਂਕਿ ਆਪਾਂ ਨੂੰ ਵੀ ਹੁਣ 15 ਨਵੰਬਰ ਤੱਕ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸ਼ਾਇਦ ਰੇਟਾਂ ਵਿੱਚ 11-21 ਦੇ ਤੇਜ਼ੀ ਮਹਿਸੂਸ ਕੀਤੀ ਜਾ ਸਕਦੀ ਹੈ। ਬਾਕੀ ਤੁਸੀਂ ਵੀ ਦੱਸਿਓ ਆਪਣੇ ਜ਼ਰੂਰ ਵਿਚਾਰ ਕਿ ਤੁਹਾਨੂੰ ਕਿੰਨੇ ਝਾੜ 'ਤੇ ਕਿੰਨਾ ਰੇਟ ਮਿਲਿਆ ਹੈ। ਧੰਨਵਾਦ। ਹਾਂਜੀ ਦੋਸਤੋ, ਜੇਕਰ ਆਪਾਂ ਗੱਲ ਕਰੀਏ 11-21 ਬਾਸਮਤੀ ਦੇ ਰੇਟਾਂ ਦੀ, ਤਾਂ ਕਈ ਮੰਡੀਆਂ ਵਿੱਚ ਇਸ ਦੀ ਖਰੀਦ 'ਤੇ ਆੜ੍ਹਤੀਆਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਦੱਬਿਓ। ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 11-21 ਬਾਸਮਤੀ ਦੇ ਰੇਟਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਜਾਰੀ ਹੈ, ਜਿਹੜੀ ਕਿ ਤਕਰੀਬਨ 700-800 ਤੋਂ ਲੈ ਕੇ 1000 ਰੁਪਈਏ ਤੱਕ ਇਸ ਵਿੱਚ